ਘਰਾਂ ਦੀ ਮਾਰਕੀਟ ਕਿਵੇਂ ਚੱਲ ਰਹੀ ਹੈ, ਮੌਰਗੇਜ ਇੰਡਸਟਰੀ ਦੇ ਵਿੱਚ ਕੀ ਕੁਝ ਹੋ ਰਿਹਾ, ਸੋ ਕੀ ਚੱਲ ਰਹੇ ਨੇ ਜੀ ਟ੍ਰੈਂਡ? ਮੌਰਗੇਜ ਰੇਟਸ ਇੱਕ ਵਾਰ ਫਿਰ ਵਧੇ ਨੇ, 5.95 ਪ੍ਰਾਈਮ ਰੇਟ ਜਿਹੜੀ ਹੈਗੀ ਆ ਬੈਂਕ ਆਫ ਕੈਨੇਡਾ ਦਾ ਹੋ ਗਿਆ। ਉਹਦੇ ਨਾਲ ਕੁਆਲੀਫਿਕੇਸ਼ਨ ਦੇ ਵਿੱਚ ਥੋੜ੍ਹੀ ਜਿਹੀਆਂ ਮੁਸ਼ਕਲਾਂ ਆ ਰਹੀਆਂ ਨੇ ਜਿਨ੍ਹਾਂ ਲੋਕਾਂ ਦੀ ਇਨਕਮ ਘੱਟ ਹੈ ਉਹਨਾਂ ਵਾਸਤੇ, ਪਰ ਦੂਸਰੇ ਪਾਸੇ ਇਹ ਵੀ ਹੈ ਕਿ ਬੈਂਕਾਂ ਦੇ ਵਿੱਚ ਜਿਹੜਾ ਰਸ਼ ਸੀਗਾ, ਪਰ ਇੱਕ ਚੀਜ਼ ਦਾ ਫਾਇਦਾ ਵੀ ਹੈ ਕਿ ਜਿਹੜੇ ਬਾਇਰਸ ਨੇ ਉਹਨਾਂ ਨੂੰ ਪ੍ਰੋਪਰਟੀਆਂ ਆਮ ਰੇਟ ਨਾਲੋਂ ਸਸਤੀਆਂ ਮਿਲ ਰਹੀਆਂ। ਲੱਖ, ਡੇਢ ਲੱਖ, ਦੋ ਲੱਖ ਡਾਲਰ ਤੱਕ ਪ੍ਰੋਪਰਟੀਜ਼ ਦੀ ਵੈਲਿਊਜ਼ ਕਰੈਕਸ਼ਨ ਹੋ ਗਈ ਆ, ਥੋੜ੍ਹੀਆਂ ਘੱਟ ਗਈਆਂ ਨੇ, ਪਰ ਇਹ BC ਦੀ ਮਾਰਕੀਟ ਹੈ, ਕੈਨੇਡਾ ਦੀ ਮਾਰਕੀਟ ਹੈ, ਹਮੇਸ਼ਾ ਇੱਦਾਂ ਰਹਿਣੀ ਹੈ। ਉਹਨਾਂ ਦੇ ਕੋਲ ਵੀ ਥੋੜ੍ਹਾ ਜਿਹਾ ਹੁਣ ਮੌਕਾ ਮਿਲ ਗਿਆ, ਹੁਣ ਥੋੜ੍ਹੀ ਦੇਰ ਮਾਰਕੀਟ ਇੱਦਾਂ ਰਹੇਗੀ, ਪੈਸੇ ਜੋੜ ਲੈਣ, ਉਹ ਆਪਣੀ ਇਨਕਮ ਤਿਆਰ ਕਰ ਲੈਣ, ਕੰਮ ਕਰਨੇ ਸ਼ੁਰੂ ਕਰ ਦੇਣ, ਤਾਂ ਕਿ ਆਉਂਦੇ 2-4-6 ਮਹੀਨਿਆਂ ਦੇ ਵਿੱਚ ਉਹ ਆਪਣਾ ਕਰ ਲੈ ਸਕਣ। ਪਹਿਲਾਂ 1.50 ਤੇ ਲੋਕਾਂ ਨੇ ਜਿਹੜਾ ਇੰਟਰਸਟ ਰੇਟ ਮਿਲਿਆ ਲੋਕਾਂ ਨੂੰ, ਉਹ ਹੁਣ ਨਹੀਂ ਮਿਲਣਾ, ਆਉਣ ਵਾਲੇ ਸਮੇਂ ਵਿੱਚ ਵਾਪਸ ਉਹ ਸਿਚੁਏਸ਼ਨ ਤਾਂ ਨਹੀਂ ਆਉਣੀ। ਕੀ ਤੁਹਾਨੂੰ ਲੱਗਦਾ ਕਿ ਜੇ ਇੰਟਰਸਟ ਰੇਟ ਦਸੰਬਰ 'ਚ ਇੱਕ ਵਾਰੀ ਫਿਰ ਵੱਧਦੇ ਆ, ਕੀ ਅੱਗੇ 2023 ਦੇ ਵਿੱਚ ਫਿਰ ਵਧਣ ਦੀ ਉਮੀਦ ਹੈ? ਮੋਸਟ ਪ੍ਰੋਬਬਲੀ ਇੱਕ ਲਾਸਟ ਰੇਟ ਵਧੇਗਾ ਹੁਣ ਦਸੰਬਰ ਦੇ ਵਿੱਚ, ਉਸ ਤੋਂ ਬਾਅਦ ਨੈਕਸਟ ਈਅਰ, ਕਿਉਂਕਿ ਇਲੈਕਸ਼ਨ ਵੀ ਆਉਣ ਵਾਲੀਆਂ 2024 ਦੇ ਵਿੱਚ, ਸੋ ਗਵਰਨਮੈਂਟ ਨੇ ਵੀ ਲੋਕਾਂ ਨੂੰ ਰਿਲੈਕਸੇਸ਼ਨ ਦੇਣੀ ਹੈ, ਅਤੇ ਚਾਂਸਿਸ ਨੇ ਕਿ ਵਿਦਇਨ ਅ ਈਅਰ ਰੇਟ ਕਰੈਕਸ਼ਨ ਹੋ ਕੇ ਥੱਲੇ ਆਏ, ਔਰ ਘੱਟ ਤੋਂ ਘੱਟ ਮੇਰੇ ਅਨੁਸਾਰ ਜਿਹੜਾ ਕਿ ਰੀਜ਼ਨੇਬਲ ਰੇਟ ਹੈ, ਜਿੱਥੇ ਬੈਂਕਾਂ ਦੇ ਪੈਸੇ ਵੀ ਬਣਨਗੇ ਔਰ ਕਿਸ਼ਤ ਦੇਣ ਵਾਲੇ, ਮੌਰਗੇਜ ਪੇਮੈਂਟ ਕਰਨ ਵਾਲੇ ਪੇਮੈਂਟ ਵੀ ਕਰ ਪੜਨਗੇ, ਇਕੋਨਮੀ ਵਧੀਆ ਚੱਲੇਗੀ। ਸਿਰਫ ਕਿਉਂਕਿ ਇਕੋਨਮੀ ਖਰਾਬ ਹੋਣ ਕਰਕੇ ਬੈਂਕ ਆਫ ਕੈਨੇਡਾ ਨੂੰ, ਗਵਰਨਮੈਂਟ ਆਫ ਕੈਨੇਡਾ ਨੂੰ ਰੇਟ ਜਿਹੜੇ ਸੀ ਉੱਪਰ ਚੱਕਣੇ ਪਏ, ਇਨਫਲੇਸ਼ਨ ਨੂੰ ਕੰਟਰੋਲ ਕਰਨਾ ਸੀ ਕਿ ਇਨਫਲੇਸ਼ਨ ਕੰਟਰੋਲ ਹੋ ਜਾਏ, ਅਤੇ ਆਈ ਹੋਪ ਕਿ ਇਸ ਸਾਲ ਦੇ ਐਂਡ ਤੱਕ ਇਹ ਸਾਰਾ ਕੰਮ ਖਤਮ ਹੋ ਜਾਏਗਾ, ਅਤੇ ਅਗਲੇ ਸਾਲ ਤੋਂ ਦੁਬਾਰਾ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ, ਅਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਬਿਜ਼ਨਸ ਕਨੈਕਟ ਦੇ ਵਿੱਚ ਸਵਾਗਤ ਹੈ, ਅਤੇ ਗੱਲਬਾਤ ਕਰਾਂਗੇ ਘਰਾਂ ਦੀ ਮਾਰਕੀਟ ਦੇ ਬਾਰੇ, ਕਿਉਂਕਿ ਹਰ ਪਾਸੇ ਇਹੀ ਰੌਲ ਹੈ ਕਿ ਘਰ ਜਿਹੜੇ ਨੇ ਉਹ ਕੀ ਅਵੇਲੇਬਲ ਨੇ, ਕੀ ਮੌਰਗੇਜ ਹੋ ਸਕਦੀ ਹੈ, ਕੀ ਅੱਗੇ ਜਾ ਕੇ ਹੋਊਗਾ, ਇੰਟਰਸਟ ਰੇਟ ਹੋਰ ਕਿੰਨੇ ਵਧਣਗੇ, ਕਿਸ ਤਰ੍ਹਾਂ ਦੇ ਨਾਲ ਲੋਕਾਂ ਦਾ ਬਰਡਨ ਘਟੂਗਾ, ਕੀ ਹੱਲ ਹੋ ਸਕਦਾ, ਇਸ ਬਾਰੇ ਗੱਲਬਾਤ ਕਰਾਂਗੇ। ਕਿਉਂਕਿ ਨਵੰਬਰ ਮਹੀਨਾ ਚੜ੍ਹ ਚੁੱਕਿਆ, ਅਤੇ ਹੁਣ ਪਹਿਲਾਂ ਹੁੰਦਾ ਸੀ ਕਿ ਨਵੰਬਰ ਦੇ ਮਹੀਨੇ ਦੇ ਵਿੱਚ, ਦਸੰਬਰ ਦੇ ਮਹੀਨੇ ਵਿੱਚ ਬਹੁਤ ਘਰ ਵਿਕਦੇ ਸੀ, ਹੁਣ ਪਹਿਲਾਂ ਦੇ ਮੁਕਾਬਲੇ, ਪਹਿਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਕੀ ਚੱਲ ਰਿਹਾ, ਟ੍ਰੈਂਡ ਕੀ ਕਹਿ ਰਹੇ ਨੇ, ਮਾਰਕੀਟ ਕੀ ਕਹਿ ਰਹੀ ਹੈ, ਇਸ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਟਾਈਮਸ ਮੌਰਗੇਜ ਤੋਂ ਮਿਸਟਰ ਵਿਨੇ ਸ਼ਰਮਾ। ਆਓ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਸ਼ ਜੀ, ਤੁਹਾਨੂੰ ਔਰ TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ ਜੀ। ਬਿਲਕੁਲ ਸ਼ਰਮਾ ਜੀ, ਸੋ ਦੀਵਾਲੀ ਗਾਲਾ ਤੋਂ ਤੁਸੀਂ ਵਿਹਲੇ ਹੋ ਗਏ ਆ, ਫਾਰਗ ਹੋ ਗਏ ਆ, ਤੇ ਅਸੀਂ ਸੋਚਿਆ ਕਿ ਤੁਹਾਨੂੰ ਫੇਰ ਬੁਲਾਇਆ ਜਾਵੇ। ਥੈਂਕ ਯੂ। ਫੇਰ ਜਿਹੜਾ ਦੱਸਿਆ ਜਾਵੇ ਲੋਕਾਂ ਨੂੰ ਕਿ ਘਰਾਂ ਦੀ ਮਾਰਕੀਟ ਕਿਵੇਂ ਚੱਲ ਰਹੀ ਹੈ, ਮੌਰਗੇਜ ਇੰਡਸਟਰੀ ਦੇ ਵਿੱਚ ਕੀ ਕੁਝ ਹੋ ਰਿਹਾ, ਸੋ ਕੀ ਚੱਲ ਰਹੇ ਨੇ ਜੀ ਟ੍ਰੈਂਡ? ਟ੍ਰੈਂਡ ਇਸ ਤਰ੍ਹਾਂ ਹੈ ਕਿ ਸਭ ਤੋਂ ਪਹਿਲਾਂ ਤਾਂ ਮੌਰਗੇਜ ਰੇਟਸ ਇੱਕ ਵਾਰ ਫਿਰ ਵਧੇ ਨੇ, 5.95 ਪ੍ਰਾਈਮ ਰੇਟ ਜਿਹੜੀ ਹੈਗੀ ਆ ਬੈਂਕ ਆਫ ਕੈਨੇਡਾ ਦਾ ਹੋ ਗਿਆ। ਉਹਦੇ ਨਾਲ ਕੁਆਲੀਫਿਕੇਸ਼ਨ ਦੇ ਵਿੱਚ ਥੋੜ੍ਹੀ ਜਿਹੀਆਂ ਮੁਸ਼ਕਲਾਂ ਆ ਰਹੀਆਂ ਨੇ ਜਿਨ੍ਹਾਂ ਲੋਕਾਂ ਦੀ ਇਨਕਮ ਘੱਟ ਹੈ ਉਹਨਾਂ ਵਾਸਤੇ, ਪਰ ਦੂਸਰੇ ਪਾਸੇ ਇਹ ਵੀ ਹੈ ਕਿ ਬੈਂਕਾਂ ਦੇ ਵਿੱਚ ਜਿਹੜਾ ਰਸ਼ ਸੀਗਾ, ਮਲਟੀਪਲ ਆਫਰਸ ਕਰ, ਮਲਟੀਪਲ ਫਾਈਲਸ ਪਈਆਂ ਹੋਈਆਂ ਸਨ, ਉਹ ਵੀ ਹੁਣ ਘੱਟ ਚੁੱਕੀਆਂ ਨੇ, ਅਤੇ ਬੈਂਕਾਂ ਦੇ ਵਿੱਚ ਉਹ ਮੌਰਗੇਜ ਜਿਹੜੀ ਉਹ ਅਪਰੂਵ ਹੋ ਰਹੀ ਹੈ ਜਿਨ੍ਹਾਂ ਦੀ ਹੋ ਸਕਦੀ ਹੈ। ਡਾਊਨ ਪੇਮੈਂਟ ਜਿਹੜਾ ਆ ਪ੍ਰੋਪਰ ਹੋਣਾ ਜ਼ਰੂਰੀ ਹੈ ਇੱਦਾਂ ਦੇ ਹਾਲਾਤਾਂ ਦੇ ਵਿੱਚ, ਪਰ ਇੱਕ ਚੀਜ਼ ਦਾ ਫਾਇਦਾ ਵੀ ਹੈ ਕਿ ਜਿਹੜੇ ਬਾਇਰਸ ਨੇ ਉਹਨਾਂ ਨੂੰ ਪ੍ਰੋਪਰਟੀਆਂ ਆਮ ਰੇਟ ਨਾਲੋਂ ਸਸਤੀਆਂ ਮਿਲ ਰਹੀਆਂ। ਲੱਖ, ਡੇਢ ਲੱਖ, ਦੋ ਲੱਖ ਡਾਲਰ ਤੱਕ ਪ੍ਰੋਪਰਟੀਜ਼ ਦੀ ਵੈਲਿਊਜ਼ ਕਰੈਕਸ਼ਨ ਹੋ ਗਈ ਹੈ, ਥੋੜ੍ਹੀਆਂ ਘੱਟ ਗਈਆਂ ਨੇ, ਪਰ ਇਹ BC ਦੀ ਮਾਰਕੀਟ ਹੈ, ਕੈਨੇਡਾ ਦੀ ਮਾਰਕੀਟ ਹੈ, ਹਮੇਸ਼ਾ ਇੱਦਾਂ ਰਹਿਣੀ ਨਹੀਂ, ਇਹ ਸਭ ਨੂੰ ਪਤਾ। ਪਿਛਲੇ ਆਪਾਂ ਜੇ 20 ਸਾਲ, 25 ਸਾਲ, 30 ਸਾਲ ਦਾ ਰੈਕਿਡ ਦੇਖਦੇ ਹਾਂ, ਤਾਂ ਕਦੀ ਵੀ ਇੱਦਾਂ ਨਹੀਂ ਹੋਇਆ ਕਿ ਪ੍ਰਾਈਸਾਂ ਹਮੇਸ਼ਾ ਥੱਲੇ ਰਹੀਆਂ ਨੇ, ਪਰ ਜਿਨ੍ਹਾਂ ਦੇ ਕੋਲ ਡਾਊਨ ਪੇਮੈਂਟ ਹੈਗੀ ਹੈ, ਇਨਕਮ ਹੈਗੀ ਹੈ, ਉਹਨਾਂ ਲਈ ਗੋਲਡਨ ਓਪਰਚੁਨਿਟੀ ਹੈ ਕਿ ਉਹ ਪ੍ਰੋਪਰਟੀਜ਼ ਨੂੰ ਹੋਲਡ ਕਰ ਸਕਦੇ ਆ। ਬਾਕੀ ਜਿਨ੍ਹਾਂ ਦੇ ਕੋਲ ਡਾਊਨ ਪੇਮੈਂਟ ਨਹੀਂ ਹੈ, ਉਹਨਾਂ ਦੇ ਕੋਲ ਵੀ ਥੋੜ੍ਹਾ ਹੁਣ ਮੌਕਾ ਮਿਲ ਗਿਆ, ਕਿਉਂਕਿ ਥੋੜ੍ਹੀ ਦੇਰ ਮਾਰਕੀਟ ਇੱਦਾਂ ਰਹੇਗੀ, ਪੈਸੇ ਜੋੜ ਲੈਣ, ਉਹ ਆਪਣੀ ਇਨਕਮ ਤਿਆਰ ਕਰ ਲੈਣ, ਕੰਮ ਕਰਨੇ ਸ਼ੁਰੂ ਕਰ ਦੇਣ,
ਤਾਂ ਕਿ ਆਉਂਦੇ 2-4-6 ਮਹੀਨਿਆਂ ਦੇ ਵਿੱਚ ਵਿੱਚ ਆਪਣਾ ਘਰ ਲੈ ਸਕਦੇ ਹਾਂ। ਸ਼ਰਮਾ ਜੀ, ਆਪਾਂ ਪਹਿਲਾਂ ਵੀ ਗੱਲ ਕਰਦੇ ਪਏ ਸੀਗੇ ਕਿ ਜਿਹੜੀ ਪਹਿਲਾਂ 1.50 ਤੇ ਲੋਕਾਂ ਨੇ ਜਿਹੜਾ ਇੰਟਰਸਟ ਰੇਟ ਮਿਲਿਆ ਲੋਕਾਂ ਨੂੰ, ਉਹ ਹੁਣ ਨਹੀਂ ਮਿਲਣਾ, ਆਉਣ ਵਾਲੇ ਸਮੇਂ ਦੇ ਵਿੱਚ ਵਾਪਸ ਉਹ ਸਿਚੁਏਸ਼ਨ ਤਾਂ ਨਹੀਂ ਆਉਣੀ। ਕੀ ਤੁਹਾਨੂੰ ਲੱਗਦਾ ਕਿ ਜੇ ਇੰਟਰਸਟ ਰੇਟ ਦਸੰਬਰ 'ਚ ਇੱਕ ਵਾਰੀ ਫਿਰ ਵੱਧਦੇ ਆ, ਕੀ ਅੱਗੇ 2023 ਦੇ ਵਿੱਚ ਫਿਰ ਵਧਣ ਦੀ ਉਮੀਦ ਹੈ? ਨਹੀਂ, ਉਸ ਤੋਂ ਬਾਅਦ ਫਿਰ ਕਰੈਕਸ਼ਨ ਆਏਗੀ। ਮੋਸਟ ਪ੍ਰੋਬਬਲੀ ਇੱਕ ਲਾਸਟ ਰੇਟ ਵਧੇਗਾ ਹੁਣ ਦਸੰਬਰ ਦੇ ਵਿੱਚ, ਉਸ ਤੋਂ ਬਾਅਦ ਨੈਕਸਟ ਈਅਰ, ਕਿਉਂਕਿ ਇਲੈਕਸ਼ਨ ਵੀ ਆਉਣ ਵਾਲੀਆਂ 2024 ਦੇ ਵਿੱਚ, ਸੋ ਗੌਰਮੈਂਟ ਨੇ ਵੀ ਲੋਕਾਂ ਨੂੰ ਰਿਲੈਕਸੇਸ਼ਨ ਦੇਣੀ ਹੈ, ਅਤੇ ਚਾਂਸਿਸ ਨੇ ਕਿ ਵਿਦਇਨ ਏ ਈਅਰ ਰੇਟ ਕਰੈਕਸ਼ਨ ਹੋ ਕੇ ਥੱਲੇ ਆਏਗਾ, ਔਰ ਘੱਟ ਤੋਂ ਘੱਟ ਮੇਰੇ ਅਨੁਸਾਰ 4% ਦੇ ਕਰੀਬ ਆ ਕੇ ਰੇਟ ਰੁਕੇਗਾ, ਜਿਹੜਾ ਕਿ ਰੀਜ਼ਨੇਬਲ ਰੇਟ ਹੈ, ਜਿੱਥੇ ਬੈਂਕਾਂ ਦੇ ਪੈਸੇ ਵੀ ਬਣਨਗੇ ਔਰ ਕਿਸ਼ਤ ਦੇਣ ਵਾਲੇ ਮੋਰਗੇਜ ਪੇਮੈਂਟ ਕਰਨ ਵਾਲੇ ਪੇਮੈਂਟ ਵੀ ਕਰ ਪੜਨਗੇ, ਇਕੋਨਮੀ ਵਧੀਆ ਚੱਲੇਗੀ। ਸਿਰਫ ਕਿਉਂਕਿ ਇਕੋਨਮੀ ਖਰਾਬ ਹੋਣ ਕਰਕੇ ਬੈਂਕ ਆਫ ਕੈਨੇਡਾ ਨੂੰ, ਗਵਰਨਮੈਂਟ ਆਫ ਕੈਨੇਡਾ ਨੂੰ ਰੇਟਸ ਜਿਹੜੇ ਸੀ ਉੱਪਰ ਚੱਕਣੇ ਪਏ, ਇਨਫਲੇਸ਼ਨ ਨੂੰ ਕੰਟਰੋਲ ਕਰਨਾ ਸੀ ਕਿ ਇਨਫਲੇਸ਼ਨ ਕੰਟਰੋਲ ਹੋ ਜਾਏ, ਅਤੇ ਆਈ ਹੋਪ ਕਿ ਇਸ ਸਾਲ ਦੇ ਐਂਡ ਤੱਕ ਇਹ ਸਾਰਾ ਕੰਮ ਖਤਮ ਹੋ ਜਾਏਗਾ, ਅਤੇ ਅਗਲੇ ਸਾਲ ਤੋਂ ਦੁਬਾਰਾ 2023 ਦੇ ਵਿੱਚ ਚੰਗੇ ਰੇਟਸ ਦੇ ਨਾਲ ਲੋਕ ਆਪਣੇ ਚੰਗੇ ਘਰਾਂ ਦੇ ਵਿੱਚ ਦਾਖਲ ਹੋ ਜਾਣਗੇ। ਤੁਸੀਂ ਇਸ ਇੰਡਸਟਰੀ 'ਚ ਕਾਫੀ ਸਮੇਂ ਤੋਂ ਆ, ਅਤੇ ਹੁਣ ਫਿਰ ਤੋਂ ਜਿਹੜੀ ਆ ਬਾਇਰਸ ਮਾਰਕੀਟ ਚੱਲ ਰਹੀ ਹੈ ਬੇਸਿਕਲੀ, ਹੁਣ ਇਹ ਜਦੋਂ ਬਾਇਰਸ ਮਾਰਕੀਟ ਹੁੰਦੀ ਹੈ, ਤੁਹਾਨੂੰ ਕੀ ਲੱਗਦਾ ਹੁੰਦਾ ਕਿ ਕਿੰਨਾ ਕੁ ਟਾਈਮ ਬਾਇਰਸ ਮਾਰਕੀਟ ਰਹਿੰਦੀ ਹੈ? ਕਿਉਂਕਿ ਕਈ ਵਾਰੀ ਹੁਣ ਲੱਗਦਾ ਕਿ ਇਹ ਰੇਟ ਇੱਕ ਥਾਂ 'ਤੇ 4 ਸੈੱਟ ਹੋ ਜੂਗਾ, ਅਤੇ ਉਸ ਤੋਂ ਬਾਅਦ ਜਿਹੜਾ ਸਹੀ ਹੋ ਜੂਗਾ, ਕੋਈ ਕਹਿੰਦਾ 7-8 'ਤੇ ਵੀ ਚਲਾ ਜਾਊਗਾ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਰੀਸੈਸ਼ਨ ਜਦੋਂ ਆਇਆ ਸੀ ਉਦੋਂ 7-8 'ਤੇ ਵੀ ਚਲਾ ਗਿਆ ਸੀ, ਹੁਣ ਫਿਰ ਇਹ ਸਟੈਟ ਕਹਿੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਰੀਸੈਸ਼ਨ ਆ ਜਾਵੇ, ਜੇ ਰੀਸੈਸ਼ਨ ਆਉਂਦਾ ਹੈ ਦੁਬਾਰਾ ਤਾਂ ਕੀ ਹਾਲਾਤ ਹੋਣਗੇ ਜੇ ਅਸੀਂ ਇੰਡਸਟਰੀ ਦੀ ਗੱਲ ਕਰੀਏ ਤਾਂ? ਐਕਚੁਅਲੀ ਰੀਸੈਸ਼ਨ ਤਾਂ ਮੈਂ ਇਹ ਕਹਿ ਸਕਦਾ ਕਿ ਹੁਣ ਆਲਰੇਡੀ ਰੀਸੈਸ਼ਨ ਹੀ ਹੈ, ਪਰ ਕਿਉਂਕਿ ਜਿਸ ਏਰੀਆ 'ਚ ਅਸੀਂ ਰਹਿੰਦੇ ਹਾਂ, BC ਦਾ ਏਰੀਆ, ਇਹ ਇਮੀਗ੍ਰੈਂਟਸ ਦਾ ਏਰੀਆ ਹੈ, ਇਸ ਕਰਕੇ ਇੱਥੇ ਪਤਾ ਨਹੀਂ ਲੱਗਦਾ, ਨਵੇਂ ਲੋਕ ਬਹੁਤ ਆਉਂਦੇ ਰਹਿੰਦੇ ਨੇ, ਮਨੀ ਬਹੁਤ ਇੰਜੈਕਟ ਹੁੰਦੀ ਰਹਿੰਦੀ ਹੈ, ਸਟੂਡੈਂਟਸ ਆਉਂਦੇ ਨੇ ਜਿਹੜੇ ਕਿ ਆਪਣੇ ਫੀਸਾਂ ਦੇ ਰਾਹੀਂ ਕਾਲਜਿਸ 'ਚ ਮਨੀ ਇੰਜੈਕਟ ਕਰਦੇ ਨੇ, ਰੈਂਟਲ ਪ੍ਰੋਪਰਟੀਜ਼ ਦੇ ਵਿੱਚ ਕਿਉਂਕਿ ਰੈਂਟ 'ਤੇ ਰਹਿੰਦੇ ਨੇ, ਉਹ ਆਪਣੀ ਮਨੀ ਇੰਜੈਕਟ ਕਰ ਦਿੰਦੇ ਨੇ ਆਪਣੇ ਆਪਣੇ ਦੇਸ਼ ਤੋਂ ਲਿਆ ਕੇ, ਗਰੋਸਰੀਜ਼ ਅਤੇ ਫੂਡ ਆਈਟਮਸ ਉਹਨਾਂ ਨੇ ਲੈਣੀਆਂ ਹੁੰਦੀਆਂ, ਟੂਰਿਸਟ ਆਉਂਦੇ ਨੇ, ਉਹਨਾਂ ਦੇ ਰਾਹੀਂ ਜਿਹੜੀ ਮਨੀ ਇੰਜੈਕਟ ਹੁੰਦੀ ਹੈ ਇਕੋਨਮੀ ਦੇ ਵਿੱਚ, ਬਹੁਤ ਸਾਰੇ ਲੋਕ ਵਿਦ ਫੈਮਲੀਜ਼ ਮੂਵ ਹੋਣਾ ਚਾਹੁੰਦੇ ਹੁੰਦੇ ਨੇ ਕੈਨੇਡਾ, ਸਪੈਸ਼ਲੀ BC ਦੇ ਵਿੱਚ, ਇਸ ਕਰਕੇ ਜਿਹੜਾ BC ਇਟਸੈਲਫ ਹੈ, BC ਦੇ ਵਿੱਚ ਵੀ ਲੋਅਰ ਮੇਨਲੈਂਡ ਹੈਗਾ, ਇਹਦੇ ਵਿੱਚ ਉਹ ਰਿਸੈਸ਼ਨ ਜਿਹੜਾ ਆਪਾਂ ਕਹਿੰਦੇ ਕਿ ਸਾਰੇ ਕੁਛ ਬੰਦ ਹੋ ਜਾਣ, ਸਾਰੀਆਂ ਲੇਅਆਫਸ ਹੋ ਜਾਣ, ਮੈਨੂੰ ਨਹੀਂ ਲੱਗਦਾ ਉਹ ਕਦੀ ਆ ਸਕਦਾ ਆ, ਕਿਉਂਕਿ ਜੋਬਸ ਵੀ ਬੜੀਆਂ ਨੇ ਇੱਥੇ, ਔਰ ਜੋਬ ਕਰਨ ਵਾਲੇ ਵੀ ਬਹੁਤ ਆ ਰਹੀ ਹੈ, ਲੇਬਰ ਨਵੀਂ ਆ ਰਹੀ ਹੈ, ਬਹੁਤ ਸਾਰੇ ਨਵੇਂ ਲੋਕ ਆ ਰਹੇ ਨੇ ਜਿਹੜੇ ਕਿ ਨਵੀਆਂ ਜੋਬਾਂ ਔਰ ਜੋਬ ਓਪਰਚੁਨਿਟੀਜ਼ ਵੀ ਉਹ ਆਪ ਹੀ ਕ੍ਰੀਏਟ ਕਰ ਰਹੇ ਨੇ। ਮੈਂ ਇੱਕ ਐਗਜ਼ਾਮਪਲ ਦਿੰਦਾ, ਜੇ ਆਪਾਂ ਸਾਊਥ ਏਸ਼ੀਅਨ ਭਾਈਚਾਰੇ ਦੀ ਗੱਲ ਕਰੀਏ, ਤਾਂ ਉਹਨਾਂ ਨੇ ਜੇ ਪੀਜ਼ਾ ਦੇਸੀ ਖਾਣਾ ਅਤੇ ਪੀਜ਼ੇ ਸਟੋਰ ਖੁੱਲ੍ਹ ਜਾਣੇ, ਜਿੱਥੇ ਪੀਜ਼ੇ ਦਾ ਸਟੋਰ ਖੁੱਲ੍ਹਿਆ, ਉਹ ਇੱਕ ਉੱਧਰ ਇੱਕ ਓਪਰਚੁਨਿਟੀ ਹੋ ਗਈ ਹੈ ਕਿ ਦੇਸੀ ਅਦਰਕ ਧਨੀਏ ਵਾਲਾ ਪੀਜ਼ਾ ਲੋਕਾਂ ਨੇ ਖਾਣਾ, ਅਤੇ ਉਹ ਜਿਹੜੇ ਖਾਣ ਵਾਲੇ ਨੇ ਉਹ ਜਹਾਜ਼ ਭਰ ਭਰ ਕੇ ਆ ਰਹੇ ਨੇ। ਸੋ ਦੋਨਾਂ ਦੇ ਬਿਜ਼ਨਸ ਖਾਣ ਵਾਲੇ ਔਰ ਖਿਲਾਉਣ ਵਾਲਿਆਂ ਦਾ ਚੱਲਦਾ ਰਹਿਣਾ, ਚਾਹੇ ਆਪਾਂ ਰਿਸੈਸ਼ਨ ਦੀ ਵੀ ਗੱਲ ਕਰ ਲਈਏ। ਸੋ ਇਸ ਕਰਕੇ BC ਜਾਂ ਲੋਅਰ ਮੇਨਲੈਂਡ ਦੇ ਵਿੱਚ, ਸਰੀ, ਵੈਨਕੂਵਰ, ਬਰਨਵੀ ਜਾਂ ਇਹਦੇ ਸਰਾਊਂਡਿੰਗ ਏਰੀਆਜ਼ ਦੇ ਵਿੱਚ, ਜਾਂ ਪੂਰੇ BC ਦੇ ਵਿੱਚ, ਇਹਦੇ ਬਰੈਂਪਟਨ ਦੀ ਗੱਲ ਕਰੀਏ, ਟੋਰਾਂਟੋ ਦੀ, ਜਦੋਂ ਜਿੱਥੇ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਹੈਗੀ ਆ, ਉੱਥੇ ਰਿਸੈਸ਼ਨ ਉਨਾ ਹਿੱਟ ਨਹੀਂ ਕਰਦਾ ਜਿੰਨਾ ਕਿ ਬਾਕੀ ਏਰੀਆ 'ਚ ਕਰਦਾ। ਬਿਲਕੁਲ, ਜਿੱਥੇ ਫਿਕਰ ਕਰਨ ਦੀ ਲੋੜ ਨਹੀਂ, ਕਿਉਂਕਿ ਹੁਣ ਹੀ ਨਵੀਂ ਨਵੀਂ ਖਬਰ ਇਹ ਵੀ ਆਈ ਹੈ ਕਿ ਇਮੀਗ੍ਰੇਸ਼ਨ ਹੋਰ 5 ਲੱਖ ਹਰ ਸਾਲ ਹੋਇਆ ਕਰਨੀ ਹੈ। ਸੋ 5 ਲੱਖ ਬੰਦਾ ਆਉਣਾ ਹੀ ਆਉਣਾ, ਉਹਨਾਂ ਨੇ ਆਉਣਾ ਤਾਂ ਉਹਨਾਂ ਨੇ ਘਰ ਵੀ ਲੱਭਣੇ ਆ ਰਹਿਣ ਦੇ ਲਈ, ਉਹਨਾਂ ਨੇ ਫੂਡ ਵੀ ਖਾਣਾ, ਉਹਨਾਂ ਨੇ ਪਰਚੇਸ ਵੀ ਕਰਨੀ ਹੈ, ਅਤੇ ਇੱਥੇ ਹੀ ਉਹਨਾਂ ਨੇ ਆਪਣੀ ਇਨਵੈਸਟਮੈਂਟ ਵੀ ਇੱਥੇ ਇਨਵੈਸਟਮੈਂਟ ਕਰਨੀ, ਇੱਥੇ ਲਾਈਫ ਬਣਾਉਣੀ ਆਪਣੀ, ਇੱਥੇ ਲਾਈਫ ਬਣਾਉਣੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ, ਕਿਉਂਕਿ ਕਦੇ ਇਹ ਵੱਧ ਜਾਂਦੀ ਹੈ, ਕਦੇ ਘੱਟ ਜਾਂਦੀ ਹੈ, ਕਦੇ ਪੀਕ 'ਤੇ ਚੱਲ ਜਾਂਦਾ, ਕਦੇ ਫਿਰ ਥੱਲੇ ਆ ਜਾਂਦੇ ਆ, ਫਿਰ ਸਟੇਬਲ ਚੱਲਦਾ ਰਹਿੰਦਾ ਫਿਰ ਉੱਪਰ ਚੱਲ ਜਾਂਦੀ ਹੈ। ਸੋ ਇਸ ਇੰਡਸਟਰੀ ਦੇ ਵਿੱਚ ਕਦੇ ਕਿਸੇ ਨੂੰ ਘਾਟਾ ਨਹੀਂ ਪੈ ਸਕਦਾ, ਨਹੀਂ ਪੈਣਾ। ਦੇਖੋ, ਰੀਅਲ ਸਟੇਟ ਪੂਰੀ ਦੁਨੀਆ ਦੇ ਵਿੱਚ ਆਪਾਂ ਜੇ ਪਿਛਲੇ ਰੈਕਡ ਦੇਖ ਲਈਏ, ਕਦੀ ਵੀ ਲਾਸ 'ਚ ਨਹੀਂ ਗਈ, ਹਾਂ ਸਟੇਬਲ ਹੋ ਸਕਦੀ ਹੈ। ਸੋ ਇਸੇ ਤਰ੍ਹਾਂ BC ਦੀ ਜਿਹੜੀ ਸਾਡੀ ਮਾਰਕੀਟ ਹੈ, ਹੋ ਸਕਦਾ ਥੋੜ੍ਹੀ ਦੇਰ ਸਟੇਬਲ ਰਹੇ, 4-6 ਮਹੀਨੇ ਦੀ ਮੈਂ ਗੱਲ ਕੀਤੀ ਹੈ, ਪਰ ਮੈਂ ਇਹਨੂੰ ਬੜੀ ਆਸ ਹੈ ਕਿ 2023 ਦੇ ਵਿੱਚ ਜਿਹੜੇ ਲੋਕ ਵੇਟ ਕਰ ਰਹੇ ਨੇ ਕਿ ਅਸੀਂ ਜੀ 6 ਮਹੀਨੇ ਵੇਟ ਕਰਾਂਗੇ, 3 ਮਹੀਨੇ ਕਰਾਂਗੇ ਜਾਂ ਸਾਲ, ਪਰ ਜਦ ਤੱਕ ਤੁਹਾਡੀ ਵੇਟ ਉੱਥੇ ਪਹੁੰਚਣੀ ਆ, ਮੈਨੂੰ ਪੂਰੀ ਆਸ ਹੈ ਕਿ ਉਦੋਂ ਪ੍ਰੋਪਰਟੀ ਦੀਆਂ ਪ੍ਰਾਈਸਾਂ ਫਿਰ ਉੱਪਰ ਨੂੰ ਚੜ੍ਹਨ ਲੱਗ ਪੈਣੀਆਂ, ਫਿਰ ਤੁਸੀਂ ਕਹਿਣਾ ਕਿ ਨਹੀਂ ਨਹੀਂ ਆਪਾਂ ਕਿਤੇ ਪਹਿਲਾਂ ਲੈ ਲੈਂਦੇ, ਹੋਲਡ ਕਰ ਲੈਂਦੇ। ਬਹੁਤ ਸੁਨਹਿਰਾ ਮੌਕਾ ਹੈ, ਤੁਹਾਨੂੰ ਰਾਈਟ ਵੀ ਹੁਣ ਕੰਪਲੀਟ ਕਰਨ ਦੀ ਲੋੜ ਨਹੀਂ, ਆਫਰ ਪਾਓ ਆਪਣੀ ਮਨਪਸੰਦ ਦੀ ਪ੍ਰੋਪਰਟੀ ਨੂੰ, ਹੋਲਡ ਕਰੋ ਕੰਪਲੀਸ਼ਨ, ਚਾਹੇ 3 ਮਹੀਨੇ 6 ਮਹੀਨੇ ਬਾਅਦ ਕਰਾ ਲਓ, ਹੁਣ ਹੋ ਸਕਦਾ, ਪਰ ਜਦੋਂ ਇਹ 6 ਮਹੀਨੇ ਬਾਅਦ ਦਾ ਟਾਈਮ ਆਉਣਾ, ਸਮਾਂ ਆਉਣਾ, ਉਦੋਂ ਚੀਜ਼ਾਂ ਨਹੀਂ ਹੋ ਸਕਣ। ਜੀ ਬਿਲਕੁਲ, ਅਤੇ ਬਹੁਤ ਸਾਰੇ ਸਵਾਲ ਇਹ ਵੀ ਆਉਂਦੇ ਆ ਕਿ ਘਰ ਅਵੇਲੇਬਲ ਹੈਗੀ ਹੈ ਮਾਰਕੀਟ ਦੇ ਵਿੱਚ? ਹਾਂ, ਮਾਰਕੀਟ ਦੇ ਵਿੱਚ ਕੁਛ ਅਵੇਲੇਬਿਲਿਟੀ ਹੈਗੀ ਹੈ, ਸਪੈਸ਼ਲੀ ਛੋਟੇ ਹਾਊਸਿਸ ਜਿਹਨੂੰ ਆਪਾਂ ਕਹਿੰਦੇ ਕੌਂਡੋਜ਼ ਅਵੇਲੇਬਲ ਨੇ, ਟਾਊਨ ਹਾਊਸ ਅਵੇਲੇਬਲ ਨੇ, ਸਿੰਗਲ ਫੈਮਿਲੀ ਹੋਮਸ ਕੁਛ ਅਵੇਲੇਬਲ ਨੇ। ਜਿਹੜੇ ਲੋਕ ਇਨਵੈਸਟਰ ਨੇ ਔਰ ਉਹਨਾਂ ਨੇ ਘਰ
मार्केट च अवेलेबिलिटी है, बायर्स जिहड़े ने वो इस टाइम घट ने, सैलरस ज़्यादा ने, बायर्स मार्केट आप बार बार ये गल कर रहे हैं, और बायर्स नू बिल्कुल देख के परख के अपना डिसीजन लेना चाहिए, और डाउन पेमेंट प्रॉपर 20% जी हैगी करनी चाहिए है, और मॉर्गेज जी प्री अपरूव करा के घर लेने चाहिए ने, हुण घर लैण दा मौका आ, वेचण दा मौका नहीं। घर की गल की है तुसीं कि घर लेने चाहिए, असीं पिछले एपीसोड्स दे विच भी दस चुके हैं कि कुछ करना चाहिए है, पर जे रीफ्रेश करना होवे, क्योंकि अजकल ये है कि महंगाई, तुसीं हुणे कहा कि बहुत वध गई है, महंगाई नूं कंट्रोल करके ही बैंक ऑफ कैनेडा ने कहा कि असीं हुण इंट्रस्ट रेट वधा दिंदे हां, हुण वधा दिंदे हां तां उहदे नाल लोकां दे खर्चे भी वधे ने, हुण लोकां दी तनखाह उन्नी होई है क्योंकि वह नहीं वधी, एग्जैक्टली खर्चा जिहड़ा उह वध गया, हुण की करन कि वह अपने खर्चे भी कंट्रोल कर लैन ते घर भी अफोर्ड कर सकन। डेफिनेटली देखो, घर लैण लई सब तो पहला जिहड़ा सब तो जरूरी चीज़ तो यही है कि तुहाडे कोल एक जॉब होनी जरूरी है, रेगूलर इनकम। सो तुहाडे कोल फैमिली दे विच जिन्ने मैंबर्स ने, जिन्ने ज़्यादा मैंबर ने उन्नी वधिया गल है, उन्हां दीआं जॉब्स, और जॉब्स जिहड़ीआं पक्कीआं परमानेंट जॉब्स, ये नहीं कि एक वीक किते ते एक वीक किते। सो नंबर वन जॉब, रेगूलर जॉब्स, परमानेंट जॉब्स। नंबर टू डाउन पेमेंट लई सेविंग, सेविंग दे विच पैसे होने जरूरी ने, जे तुसीं कितें होर इनवैसट किए हुए हैं जी आई सीज़ के RRSPs के, उत्तों भी आप पैसे लैके यूज़ कर सकते हैं, जां तुहाडे पेरेंट्स ने तुहानूं पैसे देने ने गिफ्ट, वह भी पैसे आप लैके यूज़ कर सकते हैं। सो दूजी गल हो गई डाउन पेमेंट की, डाउन पेमेंट तुहाडी कितों भी आ सकती है, सेविंग्स तो आ सकती है, तुहाडी इनवैसटमेंट्स तो आ सकती है, एज ए गिफ्ट भी तुहाडे पेरेंट्स तो आ सकती है, सो वो आप लै सकते हैं। फिर इस तों बाद तीजी चीज़ है कि गुड क्रैडिट, क्रैडिट की आप गल हमेशा करते हैं, उन्नी क चीज़ा तुम लीज़ से या लोन से लो जिन्हों एक तो अचानक देना पवे लोन ला सको, ये ना हो भी तो घर नालों वध करजे तुहाडियां बाकी चीज़ों के हो जाए, और जो क्रैडिट तुहाडा अपने बिल जिहड़े तुसीं फोन दे बिल ने, जां तुहाडे हाइड्रो दे बिल ने, जां बाकी बिल जो भी तुसीं यूज़ करते हो, वो टाइम नाल दित्ते होने चाहिए आ, और अपने क्रैडिट कार्ड्स नूं 100% यूज़ ना करो कदे भी। फॉर एग्जाम्पल जे तुहाडा $1,000 की लिमिट है, $700-800 तक उन्हें यूज़ करो, $200 उत्ते छड्डी रखो, बिल पे कर दो फिर यूज़ कर लो, क्योंकि जो आप 100% यूज़ करते हैं क्रैडिट कार्ड तो वो मनी सीकर की कैटेगरी आप आ जाने भी ये बंद बहुत पैसे चाहिए होंगे ने जिन्हें सारे यूज़ कर लेंगे, सो वो भी कई बार नैगेटिव जाता। सो क्रैडिट एक तो वध हो सकते हैं क्रैडिट कार्ड तुहाडे, पर 100% यूज़ नहीं करने अपने क्रैडिट कार्ड, सो क्रैडिट वधिया बिल्ड कर लो। उस तो बाद यह है चौथी चीज़ कि किदां दी प्रॉपर्टी तुहाडे लई है, मतलब तुसीं किदां दी प्रॉपर्टी लई क्वालीफाई करते हो, उधर तुसीं आप दे मॉर्गेज एडवाइजर नाल गल करके अपनी इनकम दे हिसाब नाल कैलकुलेशन कर सकते हो। जे तुसीं क्वालीफाई करते हो कोंडो वास्ते, कोंडो ही लो, जे तुसीं क्वालीफाई करते हो टाउन हाउस लई, फिर टाउन हाउस ही लो, तो जे तुसीं क्वालीफाई करते हो घर वास्ते मल्टीपल टू लैवल हाउस, रेजिडेंशियल हाउस जिदी कि आपकी लॉट है वह लो, उन्नी ही इनवैसटमेंट करो, उन्ना ही लोन लो, उन्नी ही मॉर्गेज लो जी अफोर्ड करते हैं। इस मार्केट के ओवर इनवैसटमेंट नहीं करनी, क्योंकि वो तुहाडे वास्ते फिर मुश्किल तुहानू पा सकती है, पेमेंट उहदी ज़्यादा हो सकती है, पेमेंट ना दित्ती गई प्रॉब्लम्स हो सकती हैं। सो उन्नी चीज़ लो, पैर फसा लो, पहला चीज़ होल्ड कर लो, 6 महीने साल 2 साल बाद अपग्रेड तक कभी भी कर सकते हैं। कल ही मैं किसी की फाइल कर रहा सीगा, इत्थे स्टूडेंट तौर पर रह रहे ने, PR हो गए बच्चे, उन्होंने पेरेंट्स आए थे, असीं घर लैके देना, तो बच्चों की दोनों की रला के इनकम जी सी तकरीबन क्वालीफाई 7-8 लाख तक की प्रॉपर्टी नहीं जी, असीं घर लैके देना 1.2 का, तो मैं उन्होंने एडवाइस कर रहा भी तुम जो लै सकते हैं पहले वो लै लो, साल 2 साल बाद जो मर्जी उन्होंने वेच के दूजी चीज़ लै लियो, नाले उहदा रैकेट बन जाएगा, नाले पैसे आ जाएंगे। भी आप पहले ही उन्होंने इन्ने औखे कर दीए कि उन्होंने को पेमेंट ना दी जाए, फिर वो पेरेंट्स को तंग करेंगे। सो इस करके पहला स्टैप लो छोटा, फिर उस तो बाद दूसरा स्टैप लो तो वड्डा, फिर जिन्ना मर्जी वड्डा लो करता, मतलब 10-10 million के भी आप लै सकते हैं, बट स्लो एंड स्टडी करते करते, सेविंग्स करते करते, अपने प्रॉफिट जमा करते करते, अपने जॉब्स में बैटर करते करते अगले स्टैप पर जाओ। पहला स्टैप हमेशा अपनी अफोर्डेबिलिटी के अनुसार, अपनी जेब के अनुसार, और छोटी प्रॉपर्टी तो शुरू करो, ताकि तो सारे खर्चे, कई खर्चे आप गिनते नहीं है, घर जो लैंना वो खर्चे शुरू हो जाते हैं, थोड़ी बिल बत्तियां के खर्चे ने, हाइड्रो के खर्चे ने, गैस के खर्चा है, पानी का खर्चा हो सकता, प्रॉपर्टी टैक्स है, होर कुछ खर्चे हो सकते हैं, वीयर एंड टीयर भी होंगी है, कभी टूटी टुट गई, कभी कुछ हो गया, सो भी खर्चे आ जाते हैं, जो थोड़े घर है फिर गैसट भी ज़्यादा आते हैं, सो भी खर्चे वधदे आ। सो उन्होंने सारे अपनी नज़र से रखते हुए पहला छोटी प्रॉपर्टी तो इनवैसट करो, फिर उस तो बाद 6 महीने साल 2 साल तो बाद वड्डी प्रॉपर्टीज़ ग्रैजुअली
ਲੈ ਸਕਦੇ ਹਾਂ। ਬਿਲਕੁਲ ਜੀ, ਸਲੋ ਐਂਡ ਸਟੱਡੀ ਵਿਨਸ ਦ ਰੇਸ। ਸੋ ਇਹ ਹੈ ਕਿ ਤੁਹਾਨੂੰ ਸਟੈਪ ਬਾਏ ਸਟੈਪ ਚੱਲਣਾ ਚਾਹੀਦਾ, ਦੇਖਣਾ ਚਾਹੀਦਾ ਕਿ ਅਸੀਂ ਕਿੱਥੇ ਇੱਕ ਸਟੈਂਡ ਕਰਦੇ ਹਾਂ। ਪਰ ਇਹ ਸਮਾਂ ਉਹ ਸਮਾਂ ਕਿ ਜਦੋਂ ਤੁਸੀਂ ਕੋਈ ਵੀ ਚੀਜ਼ ਗ੍ਰੈਬ ਕਰ ਸਕਦੇ ਹਾਂ। ਜੇ ਤੁਹਾਡੇ ਸਮਰੱਥਾ ਹੈਗੀ ਹੈ ਤਾਂ ਤੁਸੀਂ ਛੇਤੀ ਤੋਂ ਛੇਤੀ ਟਾਈਮ ਨਾ ਵੇਸਟ ਕਰਦੇ ਹੋਏ ਵੀ ਹੋਰ ਕੱਟਣਗੇ, ਹੋਰ ਕੁਛ ਹੋਊਗਾ। ਸੋ ਨਹੀਂ ਹੋਣਾ ਚਾਹੀਦਾ, ਜ਼ਰੂਰੀ ਨਹੀਂ ਕਿ ਹੋਰ ਰੇਟ ਕੱਟਣਗੇ ਜਾਂ ਹੋਰ ਪ੍ਰੋਪਰਟੀ ਥੱਲੇ ਜਾਊਗੀ, ਹੋ ਸਕਦਾ ਵੱਧ ਜਾਵੇ, ਕੁਛ ਵੀ ਹੋ ਸਕਦਾ। ਸੋ ਤੁਹਾਡੇ ਕਹਿਣ ਦੇ ਮੁਤਾਬਿਕ ਕਿ ਜੇ ਅੱਜ ਤੁਸੀਂ ਸੋਚ ਲਿਆ ਕਰ ਲੈਣਾ ਤਾਂ ਅੱਜ ਹੀ ਸਹੀ ਸਮਾਂ ਕਰ ਲੈਣਾ। ਬਿਲਕੁਲ ਬਿਲਕੁਲ, ਸੋ ਉਦੋਂ ਹੀ ਘਰ ਲੈ ਲੈਣਾ ਚਾਹੀਦਾ। ਜੀ ਜੀ, ਕਈ ਵਾਰ ਨਾ ਤੁਸੀਂ ਜਿਸ ਤਰ੍ਹਾਂ ਦੀ ਪ੍ਰੋਪਰਟੀ ਲੈਣਾ ਚਾਹੁੰਦੇ ਹੋ ਤੁਹਾਨੂੰ ਹੁਣ ਦਿਸ ਰਹੀ ਹੁੰਦੀ ਹੈ, ਉਹਦੇ ਟਾਈਮ 'ਚ ਉਦਾਂ ਦੀ ਪ੍ਰੋਪਰਟੀ ਨਾ ਮਿਲੇ, ਫਿਰ ਜੇ ਉਹ ਪ੍ਰੋਪਰਟੀ ਤੁਹਾਨੂੰ 10,000 ਸਸਤੀ ਵੀ ਹੋਈ ਉਹਦਾ ਫਾਇਦਾ ਨਹੀਂ, ਕਿਉਂਕਿ ਤੁਹਾਡੇ ਪਸੰਦ ਹੀ ਹੈ ਨਹੀਂ। ਸੋ ਅੱਜ ਜੇ ਤੁਹਾਨੂੰ ਕੋਈ ਪ੍ਰੋਪਰਟੀ ਬਾਇਰਸ ਦੀ ਮੈਂ ਗੱਲ ਕਰ ਰਿਹਾ, ਉਹਨਾਂ ਦੀ ਪਸੰਦ ਹੀ ਇਹਨਾਂ ਨੂੰ ਮਿਲ ਰਹੀ ਹੈ, ਕਿੰਨੇ ਕੁ ਬੈਡਰੂਮ ਚਾਹੀਦੇ ਨੇ, ਕਿੱਦਾਂ ਦੀ ਕਿਚਨ ਚਾਹੀਦੀ ਹੈ, ਤੇ ਜੋ ਰੇਟ ਨੈਗੋਸ਼ੀਏਟ ਕਰੋ, ਡੈਫੀਨੇਟਲੀ ਕਰੋ, ਕਰਕੇ ਜੇ ਮਿਲਦੀ ਹੈ ਤਾਂ ਉਹਨੂੰ ਤੁਸੀਂ ਹੋਲਡ ਕਰੋ। ਅੱਛਾ ਸ਼ਰਮਾ ਜੀ, ਜਿਵੇਂ ਹੁਣ ਅਸੀਂ ਗੱਲ ਕੀਤੀ ਹੈ ਕਿ ਘਰ ਕਈਆਂ ਨੇ ਲੈ ਵੀ ਲਏ ਹੈਗੇ ਨੇ, ਪਰ ਹੁਣ ਬਾਇਰਸ ਮਾਰਕੀਟ ਹੋਣ ਕਰਕੇ ਉਹਨਾਂ ਨੂੰ ਲੱਗਦਾ ਕਿ ਇਨਵੈਸਟਮੈਂਟ ਪ੍ਰੋਪਰਟੀ ਲੈ ਲਈ ਜਾਵੇ, ਇਹ ਕਿੰਨਾ ਕੁ ਵਧੀਆ ਆਈਡੀਆ ਹੁੰਦੇ ਸਮੇਂ ਦੇ ਵਿੱਚ? ਅਗੇਨ ਉਹੀ ਹੈ ਵੀ ਜੇ ਤਾਂ ਉਹਨਾਂ ਕੋਲ ਪੈਸੇ ਹੈਗੇ ਆ ਔਰ ਇਨਕਮ ਹੈਗੀ ਆ, ਇਟਸ ਗੁੱਡ ਆਈਡੀਆ। ਜਿਹਨਾਂ ਕੋਲ ਬਾਇਰਸ ਮਾਰਕੀਟ ਦਾ ਹੀ ਮਤਲਬ ਇਹ ਹੁੰਦਾ ਵੀ ਜਿਹਨਾਂ ਦੇ ਕੋਲ ਪੈਸੇ ਨੇ ਉਹ ਘਰ ਖਰੀਦ ਰਹੇ ਨੇ, ਉਹ ਪ੍ਰੋਪਰਟੀਆਂ ਖਰੀਦ ਰਹੇ ਨੇ। ਐਕਚੁਅਲੀ ਜਿਹੜੇ ਬਿਜ਼ਨਸ ਵਾਲੇ ਲੋਕ ਨੇ ਨਾ ਜੀ, ਉਹ ਇਦਾਂ ਦੀ ਮਾਰਕੀਟ 'ਚ ਬਹੁਤ ਖਰੀਦਦੇ ਆ ਔਰ ਉਹ ਖਰੀਦ ਰਹੇ ਨੇ। ਬਹੁਤ ਸਾਰੇ ਲੋਕ ਜਿਹੜੇ ਨੇ ਜਿਹੜੇ ਬਿਜ਼ਨਸ ਕਰਦੇ ਨੇ, ਉਹਨਾਂ ਦੇ ਕੋਲ ਪੈਸੇ ਨੇ, ਇਨਕਮ ਹੈ, ਬੈਂਕਾਂ 'ਚ ਪੈਸੇ ਪਏ ਨੇ, ਜਾਂ ਉਹਨਾਂ ਨੇ ਪਹਿਲਾਂ ਕੋਈ ਪ੍ਰੋਪਰਟੀਆਂ ਵੇਚੀਆਂ ਸੀ। ਸੋ ਜੇ ਤੁਸੀਂ ਇੱਕ ਪ੍ਰੋਪਰਟੀ ਤੋਂ ਬਾਅਦ ਦੂਜੀ ਪ੍ਰੋਪਰਟੀ ਐਜ਼ ਏ ਇਨਵੈਸਟਮੈਂਟ ਪ੍ਰੋਪਰਟੀ ਲੈਣਾ ਚਾਹੁੰਦੇ ਹੋ, ਰਾਈਟ ਟਾਈਮ ਹੈ। ਬਸ ਇੰਨਾ ਖਿਆਲ ਰੱਖੋ ਵੀ ਤੁਹਾਡੇ ਕੋਲ ਡਾਊਨ ਪੇਮੈਂਟ ਲਈ ਪੈਸੇ ਹੈਗੇ ਆ, ਤੁਹਾਡੇ ਕਿਸ਼ਤਾਂ ਚਲਾਉਣ ਲਈ ਇਨਕਮ ਹੈਗੀ ਆ, ਕਿਉਂਕਿ ਰੈਂਟ 'ਤੇ ਤਾਂ ਪ੍ਰੋਪਰਟੀ ਚੜ ਹੀ ਜਾਣੀ ਆ। ਰੈਂਟਲ ਦੀ ਬਹੁਤ ਡਿਮਾਂਡ ਹੈ ਲੋਅਰ ਮੇਨਲੈਂਡ ਦੇ ਵਿੱਚ, ਬੀਸੀ ਦੇ ਵਿੱਚ ਦੋ ਦੋ ਬੈਡਰੂਮ ਦੀਆਂ ਬੇਸਮੈਂਟਾਂ $2,000 ਤੱਕ ਚੜ੍ਹਨ ਲੱਗੀਆਂ ਹੋਈਆਂ ਨੇ, ਮਿਲ ਨਹੀਂ ਰਹੇ, ਲੋਕਾਂ ਨੂੰ ਜਗ੍ਹਾ ਨਹੀਂ ਮਿਲ ਰਹੀ ਜੀ। ਜੀ ਬਿਲਕੁਲ ਜੀ, ਤੇ ਨਾਲ ਨਾਲ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਨਵੈਸਟਮੈਂਟ ਵਾਸਤੇ ਇਹ ਜਿਹੜਾ ਟਾਈਮ ਬਹੁਤ ਵਧੀਆ ਟਾਈਮ ਹੈ, ਪਰ ਉਹਦੇ ਨਾਲ ਨਾਲ ਹੁਣ ਉਹ ਵੀ ਲੋਕ ਨੇ ਕਿ ਜਿਨ੍ਹਾਂ ਦੀ ਮੌਰਗੇਜ ਵੱਧ ਗਈ ਹੈ। ਹਾਂਜੀ, ਹੁਣ ਤੁਸੀਂ ਦੇਖੋ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਖਰਚੇ ਪੂਰੇ ਕਿਵੇਂ ਕਰਨੇ, ਕਿਉਂਕਿ ਪਹਿਲਾਂ ਇੰਨੀ ਕੁ ਘੱਟ ਇੰਟਰਸਟ ਰੇ ਸੀ, ਉਹਨਾਂ ਨੇ ਵੱਡੇ ਵੱਡੇ ਘਰ ਲੈ ਲਏ, ਬਹੁਤ ਜ਼ਿਆਦਾ ਉਹਨਾਂ ਨੇ ਇਨਵੈਸਟਮੈਂਟ ਕਰ ਲਈ, ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਇਹ ਕਰ ਸਕਦੇ ਹਾਂ, ਇਨਫਲੇਸ਼ਨ ਦਾ ਅਸੀਂ ਦੇਖਿਆ ਨਹੀਂ ਕਿ ਇਨਫਲੇਸ਼ਨ ਵੀ ਵੱਧ ਗਿਆ। ਜੀ ਜੀ, ਹੁਣ ਉਹਨਾਂ ਦੇ ਲਈ ਕੀ ਹੋਏਗਾ ਜਿਹੜਾ ਅੱਜ ਸੋਚ ਰਹੇ ਨੇ ਕਿ ਘਰ ਮੈਂ ਲਿਆ ਤਾਂ ਸੀਗਾ ਪਰ ਮੇਰੇ ਤੋਂ ਹੁਣ ਮੌਰਗੇਜ ਨਹੀਂ ਦਿੱਤੀ ਜਾ ਰਹੀ ਅਤੇ ਹੁਣ ਮੈਂ ਵੇਚ ਦੇਵਾਂ, ਸੋ ਉਹਨਾਂ ਦੇ ਲਈ ਕੋਈ ਐਡਵਾਈਸ ਹੋ ਸਕਦੀ? ਹਾਂ, ਪਹਿਲੀ ਐਡਵਾਈਸ ਤਾਂ ਇਹ ਹੈ ਕਿ ਜੇ ਤੁਹਾਡੀ ਇਹ ਜਿਹੜੀ ਮੌਰਗੇਜ ਵੱਧ ਚੁੱਕੀ ਹੈ ਔਰ ਤੁਸੀਂ ਉਹਨੂੰ ਅਫੋਰਡ ਨਹੀਂ ਕਰ ਰਹੇ, ਕਿਸੇ ਪਾਸਿਓਂ ਹੋਰ ਕੋਈ ਖਰਚੇ ਕੱਟ ਕੇ ਟਰਾਈ ਕਰੋ ਕਿ ਤੁਸੀਂ ਉਹਨੂੰ ਮੌਰਗੇਜ ਨੂੰ ਹੈਂਗ ਆਨ ਕਰੋ, 4-6 ਮਹੀਨੇ ਚਲਾਓ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ। ਜੇ ਨਹੀਂ ਤਾਂ ਤੁਸੀਂ ਕਿਸੇ ਨੂੰ ਆਪਣੇ ਨਾਲ ਐਜ਼ ਏ ਪਾਰਟਨਰ ਜੋੜ ਸਕਦੇ ਹੋ ਉਸ ਪ੍ਰੋਪਰਟੀ ਦੇ ਵਿੱਚ, ਕੋਈ ਆਪਣਾ ਰਿਲੇਟਿਵ ਹੋਵੇ, ਕੋਈ ਫਰੈਂਡ ਹੋਵੇ, ਉਹਨੂੰ ਨਾਲ ਪਾ ਸਕਦੇ ਹੋ ਜੇ ਵੱਡਾ ਘਰ ਹੈ। ਉਹਦੇ ਵਿੱਚ ਕੀ ਹੈ ਕਿ ਤੁਸੀਂ ਪ੍ਰੋਪਰਟੀ ਨੂੰ ਵੇਚਣ ਜਾਂ ਛੱਡਣ ਨਾਲੋਂ ਹੋਲਡ ਕਰ ਲੈਂਦੇ ਹੋ, ਉਹਦੇ ਸਮੇਂ ਦੇ ਵਿੱਚ ਪ੍ਰੋਪਰਟੀ ਦੀ ਵੈਲਿਊ ਫੇਰ ਵੱਧ ਜਾਏਗੀ। ਅੱਛਾ ਸ਼ਰਮਾ ਜੀ, ਇੱਥੇ ਮੈਂ ਤੁਹਾਨੂੰ ਰੋਕਣ ਲੱਗੀ ਹਾਂ ਕਿ ਜੇ ਕਿਸੇ ਨੇ ਆਲਰੇਡੀ ਘਰ ਬਾਏ ਕਰ ਲਿਆ, ਹਾਂਜੀ, ਕਿ ਉਦੋਂ ਬਾਏ ਕੀਤੇ ਘਰ ਦੇ ਵਿੱਚ ਕਿਸੇ ਨੂੰ ਪਾ ਸਕਦੇ? ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਬਾਏ ਕਰਨਾ ਉਦੋਂ ਤਾਂ ਤੁਸੀਂ 2-3 ਜਣੇ ਰਲ ਕੇ ਪ੍ਰੋਪਰਟੀ ਲੈ ਸਕਦੇ ਹਾਂ, ਪਰ ਇੱਕ ਵਾਰੀ ਤੁਸੀਂ ਘਰ 'ਚ ਰਹਿਣ ਲੱਗ ਗਏ, ਤੁਹਾਡਾ ਘਰ ਆ, ਤੁਹਾਨੂੰ 1 ਸਾਲ ਹੋ ਗਿਆ, 2 ਸਾਲ ਹੋ ਗਏ ਰਹਿੰਦਿਆਂ ਨੂੰ, ਕੀ ਉਦੋਂ ਵੀ ਐਡ ਕੀਤਾ ਜਾ ਸਕਦਾ? ਜੀ ਬਿਲਕੁਲ, ਇਹ ਬਹੁਤ ਗੁੱਡ ਕੁਐਸਚਨ ਵੀ ਹੈ। ਜੇ ਤਾਂ ਤੁਹਾਡਾ ਕੋਈ ਬਹੁਤ ਰਿਲੇਟਿਵ ਹੈ, ਜੇ ਲੈਟਸ ਏ ਕਿ ਬ੍ਰਦਰ ਹੈ, ਫਾਦਰ ਮਦਰ ਹੈ, ਸਨ ਹੈ, ਵਾਈਫ ਹੈ, ਉਹਨਾਂ ਨੂੰ ਤੁਸੀਂ ਲੋਇਰ ਦੇ ਥਰੂ ਐਜ਼ ਇਟ ਇਜ਼ ਹੀ ਐਡ ਕਰ ਸਕਦੇ ਹੋ ਐਜ਼ ਏ ਪਾਰਟਨਰ, ਤੁਹਾਡੀ ਜੋ ਮੌਰਗੇਜ ਦੇ ਨਾਲ ਫਿਰ ਆਉਣ ਲਈ ਤਿਆਰ ਨੇ, ਜਿੰਨਾ ਵੀ ਸ਼ੇਅਰ ਉਹਨਾਂ ਦਾ ਹੈਗਾ, ਹਾਂ, ਜਦੋਂ ਉਹਨਾਂ ਦਾ ਪ੍ਰੋਪਰਟੀ ਟ੍ਰਾਂਸਫਰ ਟੈਕਸ ਵੀ ਨਹੀਂ ਲੱਗੇਗਾ। ਓਕੇ, ਪਰ ਜੇ ਤੁਸੀਂ ਕੋਈ ਆਊਟਸਾਈਡਰ ਪਾਉਂਦੇ ਹੋ, ਹਾਂਜੀ, ਜਿਹੜਾ ਕਿ ਤੁਹਾਡੇ ਬਿਲਕੁਲ ਕਲੋਜ਼ ਰਿਲੇਸ਼ਨ 'ਚ ਨਹੀਂ ਹੈਗਾ, 4 ਹੀ ਰਿਲੇਸ਼ਨ ਨੇ, ਫਾਦਰ ਮਦਰ ਸਨ ਡਾਟਰ, ਮਤਲਬ 3 ਪੀੜ੍ਹੀਆਂ, ਤੇ ਹਸਬੈਂਡ ਵਾਈਫ ਆਪਾਂ ਜੇ ਲੈ ਲਈਏ, ਇਹ ਵੀ ਹੋ ਸਕਦਾ ਵੀ ਕਿਸੇ ਦਾ ਵਿਆਹ ਨਹੀਂ ਸੀ ਹੋਇਆ ਸੀ, ਉਹਨੇ ਜੋ ਹੁਣ ਵਿਆਹ ਹੋ ਗਿਆ, ਸਪਾਊਸ ਆ ਗਿਆ, ਹੁਣ ਐਡ ਕਰ ਸਕਦੇ, ਇਨਕਮ ਐਡ ਕਰ ਸਕਦੇ, ਕਿਉਂਕਿ ਮੌਰਗੇਜ ਤਾਂ ਪਹਿਲਾਂ ਫਿਰ ਇਕੱਲੇ ਬੰਦੇ ਦੀ ਹੋਈ, ਮੌਰਗੇਜ ਕੋਈ ਚਿੰਤਾ ਨਹੀਂ ਆਏਗੀ ਉਹਨਾਂ ਨੂੰ। ਕਿੱਥੇ ਜਦੋਂ ਐਡ ਕਰੋਗੇ, ਜੇ ਮੌਰਗੇਜ ਲਈ ਤੁਸੀਂ ਆਲਰੇਡੀ ਕੁਆਲੀਫਾਈ ਕਰ ਚੁੱਕੇ ਹੋ, ਤੁਸੀਂ ਮੌਰਗੇਜ ਦੇ ਰਹੇ ਹੋ, ਦੂਜਾ ਬੰਦਾ ਐਡ ਕਰੋਗੇ, ਮੌਰਗੇਜ ਦੀ ਕੋਈ ਕੰਪਲੀਕੇਸ਼ਨ ਨਹੀਂ ਹੈ, ਸਿਰਫ ਕਿਸ਼ਤ ਦੀ ਕੰਪਲੀਕੇਸ਼ਨ ਜਿਹੜੀ ਤੁਹਾਡੀ ਹੋ ਰਹੀ ਆ ਉਹ ਤੁਹਾਡਾ ਪਾਰਟਨਰ ਤੁਹਾਡੇ ਨਾਲ ਹੈਲਪ ਕਰ ਰਿਹਾ, ਤੁਹਾਡੀ ਸੋਲਵ। ਹਾਂ, ਪਰ ਜੇ ਤੁਸੀਂ 2 ਜਾਂ 3 ਪਾਰਟਨਰਸ ਨੇ ਘਰ ਲਿਆ ਤੇ ਪਾਰਟਨਰ ਕੱਢਣਾ ਚਾਹੁੰਦੇ ਹੋ, ਉਹ ਨਹੀਂ ਕਰ ਸਕਦੇ, ਕਿਉਂਕਿ ਫਿਰ ਤੁਹਾਡੀ ਮੌਰਗੇਜ ਉਹਨਾਂ ਸਾਰਿਆਂ ਦੇ ਸਿਰ ਤੇ ਹੋਈ ਹੈ ਨਾ ਜੀ, ਤੁਹਾਡੀ ਮੌਰਗੇਜ ਕ੍ਰੈਸ਼ ਕਰ ਜਾਏਗੀ, ਨਵੀਂ ਮੌਰਗੇਜ ਕਰਨੀ ਕੱਢ ਨਹੀਂ ਸਕਦੇ, ਪਾ ਸਕਦੇ ਹਾਂ ਜੀ। ਪਰ ਜੇ ਤੁਸੀਂ ਕੋਈ ਆਊਟਸਾਈਡਰ ਪਾਉਂਦੇ ਹੋ, ਮਦਰ ਫਾਦਰ ਹਸਬੈਂਡ ਵਾਈਫ ਤੇ ਬੱਚੇ, ਇਹ 3 ਪੀੜ੍ਹੀਆਂ ਛੱਡ ਕੇ ਤੁਸੀਂ ਕਿਸੇ ਹੋਰ ਨੂੰ ਪਾਉਂਦੇ ਹੋ, ਮਤਲਬ ਬਾਹਰੋਂ ਬ੍ਰਦਰ ਨੂੰ ਪਾ ਰਹੇ ਹੋ ਜਾਂ ਕਿਸੇ ਹੋਰ ਨੂੰ ਪਾ ਰਹੇ ਹੋ, ਫਰੈਂਡ ਨੂੰ ਪਾ ਰਹੇ ਹੋ, ਉਹ ਵੀ ਐਡ ਕਰ ਸਕਦੇ ਹੋ ਤੁਸੀਂ, ਪਰ ਉਹਦੇ ਲਈ ਤੁਹਾਨੂੰ ਪ੍ਰੋਪਰਟੀ ਟ੍ਰਾਂਸਫਰ
और किस्त दे भाई तुहाडा जिन्ने दी भाईवाली उहदी है जिन्ने परसेंट दी है उन्नी किस्त उह देगा जां विच रहेगा जो भी तुसीं आपस दे विच एग्रीमेंट करदे हो उस एग्रीमेंट नाल ਤੁਸੀਂ ਕਰ ਸਕਦੇ ਹੋ ਤੇ ਜੇ ਮੁਸ਼ਕਲ ਦੇ ਵਿੱਚ ਉਹ ਡੈਫੀਨਿਟਲੀ ਆਪਣਾ ਘਰ ਇਦਾਂ ਬਚਾ ਸਕਦੇ ਜੀ ਬਿਲਕੁਲ ਜੀ ਹੋਰ ਜਿਹੜੇ ਟਿਪਸ ਜਿਹੜੇ ਮੈਂ ਤੁਹਾਨੂੰ ਇੰਟਰਪਟ ਕਰ ਦਿੱਤਾ ਸੀਗਾ ਹੋਰ ਕੀ ਕਰ ਸਕਦੇ ਆ ਓਕੇ ਮੈਂ ਪਹਿਲਾਂ ਤਾਂ ਇਹ ਦੱਸ ਰਿਹਾ ਸੀ ਕਿ ਆਪਣੇ ਜਿਵੇਂ ਤੁਸੀਂ ਸਪਾਊਸ ਦੀ ਗੱਲ ਕੀਤੀ ਉਹਨਾਂ ਨੂੰ ਐਡ ਕਰ ਸਕਦੇ ਹੋ ਦੂਜਾ ਆਇਆ ਕਿਸੇ ਆਰਮ ਲੈਂਥ ਵਾਲੇ ਨੂੰ ਕਿਸੇ ਨੂੰ ਵੀ ਬਾਹਰੋਂ ਵੀ ਐਡ ਕਰ ਸਕਦੇ ਹੋ ਪ੍ਰੋਪਰਟੀ ਟ੍ਰਾਂਸਫਰ ਟੈਕਸ ਦੇ ਕੇ ਤੀਸਰਾ ਹੈ ਕਿ ਜੇ ਤੁਸੀਂ ਆਪਣਾ ਘਰ ਜਿਹੜਾ ਹੈਗਾ ਲੱਗਾ ਉਹਦੇ ਵਿੱਚ ਤੁਸੀਂ ਉੱਪਰ ਰਹਿੰਦੇ ਹੋ ਅਤੇ ਖੁਦ ਬੇਸਮੈਂਟ ਸ਼ਿਫਟ ਕਰ ਸਕਦੇ ਹੋ ਸ਼ਾਰਟ ਟਰਮ ਵਾਸਤੇ ਔਰ ਉੱਪਰਲਾ ਜਦੋਂ ਘਰ ਰੈਂਟ 'ਤੇ ਕਰਦੇ ਹਾਂ ਅੱਜ ਕੱਲ੍ਹ ਰੈਂਟਿੰਗ ਦੀ ਬਹੁਤ ਹੈਗੀ ਆ ਬੀ ਐਨ ਬੀ ਜਿਹੜੇ ਹੈਗੇ ਆ ਏਅਰ ਬੀ ਐਨ ਬੀ ਵਾਲੇ ਹਾਂਜੀ ਉੱਥੇ ਤੁਸੀਂ ਰੈਂਟਿੰਗ 'ਤੇ ਪਾਉਂਦੇ ਹੋ ਅਤੇ ਉੱਪਰੋਂ ਵਧੀਆ ਤੁਹਾਨੂੰ ਰੈਂਟ ਆਉਂਦਾ ਅਤੇ ਉੱਪਰੋਂ ਤੁਸੀਂ ਘਰ ਨੂੰ ਰੈਂਟ ਕਰ ਸਕਦੇ ਹੋ ਕਈਆਂ ਘਰਾਂ ਦੇ ਵਿੱਚ ਇੱਕ ਤੋਂ ਜ਼ਿਆਦਾ ਬੇਸਮੈਂਟਸ ਨੇ ਸੋ ਇੱਕ ਬੇਸਮੈਂਟ ਜਾਂਦੇ ਹੋ ਉੱਪਰੋਂ ਜ਼ਿਆਦਾ ਪੈਸੇ ਤੁਹਾਨੂੰ ਆ ਸਕਦੇ ਨੇ ਸੋ ਸ਼ਾਰਟ ਟਰਮ ਲਈ ਇਹ ਵੀ ਇੱਕ ਹੱਲ ਹੈਗਾ ਕਿ ਤੁਹਾਡੀ ਇਨਕਮ ਜਨਰੇਟ ਉੱਥੋਂ ਹੋ ਸਕਦੀ ਹੈ ਜੀ ਉੱਥੋਂ ਜਨਰੇਟ ਹੋ ਜਾਂਦੀ ਹੈ ਜੀ ਬਿਲਕੁਲ ਜੀ ਸੋ ਬਹੁਤ ਸਾਰੇ ਹੱਲ ਹੈਗੇ ਨੇ ਤੇ ਉੱਧਰ ਰਾਸਤੇ ਜਿਹੜੇ ਨੇ ਉਹ ਅਖਤਿਆਰ ਕਰ ਲੈਣੇ ਚਾਹੀਦੇ ਨੇ ਉਹ ਦੇਖ ਲੈਣਾ ਚਾਹੀਦਾ ਘਬਰਾਉਣ ਦੀ ਲੋੜ ਨਹੀਂ ਸਲਾਹ ਕਰ ਲਓ ਕਿਸੇ ਨਾਲ ਗੱਲਬਾਤ ਕਰ ਲਓ ਕੋਈ ਨਾ ਕੋਈ ਰਾਸਤਾ ਦੱਸ ਹੀ ਦਿੰਦਾ ਰਾਸਤੇ ਤੁਰੋਗੇ ਤੁਹਾਡਾ ਕੋਈ ਨਾ ਕੋਈ ਬੈਨੀਫਿਟ ਉਹਦੇ ਨਾਲ ਹੋ ਸਕਦਾ ਔਰ ਤੁਸੀਂ ਜੇ ਸੱਚੀ ਮੁਸ਼ਕਲ 'ਚ ਉਹ ਕਿਸ਼ਤ ਨਹੀਂ ਦੇ ਪਾ ਰਹੇ ਹੋ ਬੈਂਕ ਨਾਲ ਵੀ ਆਪਾਂ ਗੱਲ ਕੀਤੀ ਜਾ ਸਕਦੀ ਹੈ ਬੈਂਕ ਵੀ ਹੋ ਸਕਦਾ ਤੁਹਾਡੀ ਓਨਲੀ ਇੰਟਰਸਟ ਦੀਆਂ ਕਿਸ਼ਤਾਂ ਬਣਾ ਦੇਵੇ ਅਗੇਨ ਸਾਰਿਆਂ ਦੀਆਂ ਨਹੀਂ ਬਣਦੀਆਂ ਬਟ ਸਟਿਲ ਕੁਛ ਕੇਸਾਂ ਦੇ ਵਿੱਚ ਇੱਦਾਂ ਹੋ ਸਕਦਾ ਕਿ ਥੋੜ੍ਹੀ ਦੇਰ ਲਈ ਤੁਸੀਂ ਓਨਲੀ ਇੰਟਰਸਟ ਦਿਓ ਤੁਹਾਡੀ ਕਿਸ਼ਤ ਦੇ ਵਿੱਚੋਂ ਪ੍ਰਿੰਸੀਪਲ ਨਾ ਜਾਵੇ ਦੇਰ ਸੋ ਮੈਨੀ ਰਸਤੇ ਬਣ ਸਕਦੇ ਆ ਬਟ ਅਗੇਨ ਤੁਹਾਨੂੰ ਗੱਲ ਕਰਨ ਦੀ ਲੋੜ ਪਏਗੀ ਜੇ ਮੁਸ਼ਕਲ ਦੇ ਵਿੱਚ ਹੋ ਕੋਈ ਵੀ ਮੁਸ਼ਕਲ ਦੇ ਵਿੱਚ ਹੈ ਐਟਲੀਸਟ ਆ ਕੇ ਗੱਲ ਕਰੋ ਘਬਰਾਓ ਨਾ ਕੈਨੇਡਾ 'ਚ ਬੈਠੇ ਹਾਂ ਹਰੇਕ ਚੀਜ਼ ਦਾ ਹੱਲ ਹੈ ਬਿਲਕੁਲ ਜੀ ਬੋਲਣਾ ਪੈਂਦਾ ਦੱਸਣਾ ਪੈਂਦਾ ਦੁੱਖ ਦੱਸ ਕੇ ਹੀ ਪਤਾ ਲੱਗਦਾ ਵੀ ਕੀ ਕੁਛ ਹੋ ਰਿਹਾ ਹੈਗਾ ਕਿਉਂਕਿ ਜਿਨ੍ਹਾਂ ਨੇ ਤਾਂ ਫਿਕਸ ਕਰਵਾ ਲਈਆਂ ਸੀਗੀਆਂ ਉਹ ਤਾਂ ਸੁਖੀ ਹੈ ਪਰ ਜਿਨ੍ਹਾਂ ਦੀ ਵੇਰੀਏਬਲ ਸੀ ਉਹਨਾਂ ਨੂੰ ਸੱਚਮੁੱਚ ਬਹੁਤ ਔਖਾ ਹੋ ਰਿਹਾ ਇਸ ਦੇ ਟਾਈਮ ਦੇ ਵਿੱਚ ਸੋ ਜੇ ਔਖਿਆਈ ਹੈ ਤਾਂ ਸਾਨੂੰ ਜ਼ਰੂਰ ਉਹਦਾ ਹੱਲ ਜ਼ਰੂਰ ਲੱਭਣਾ ਪੈਂਦਾ ਪਰ ਨਾਲ ਨਾਲ ਹੁਣ ਪ੍ਰੀ ਸੇਲ ਦੇ ਘਰ ਜਿਹੜੇ ਨੇ ਉਹਨਾਂ ਦੀ ਅਵੇਲੇਬਿਲਿਟੀ ਕਿੰਨੀ ਹੈ ਅਤੇ ਹੁਣ ਹੋਲਡ 'ਤੇ ਜਿਵੇਂ ਤੁਸੀਂ ਕਿਹਾ ਕਿ ਪ੍ਰੀ ਸੇਲ 'ਤੇ ਹੋਲਡ ਕੀਤਾ ਜਾ ਸਕਦਾ ਕੀ ਹੁਣ ਜੇ ਅਵੇਲੇਬਲ ਹੈਗੇ ਨੇ ਜਿਵੇਂ ਵਾਕਰ ਹਾਊਸ ਦੀ ਵੀ ਅਸੀਂ ਗੱਲ ਕਰ ਲਈਏ ਤਾਂ ਉਹਨੂੰ ਹੋਲਡ ਕੀਤਾ ਜਾ ਸਕਦਾ ਬਿਲਕੁਲ ਦੇਖੋ ਪ੍ਰੀ ਸੇਲ ਦਾ ਇਹ ਫਾਇਦਾ ਕਿ ਉਹ 2 ਜਾਂ 3 ਸਾਲ ਬਾਅਦ ਪ੍ਰੋਪਰਟੀ ਆਉਣੀ ਹੁੰਦੀ ਹੈ ਹੁਣ ਤੁਸੀਂ ਸਿਰਫ 5% ਡਾਊਨ ਦੇ ਕੇ ਜਾਂ 5% ਡਿਪੋਜ਼ਿਟ ਦੇ ਕੇ ਉਹਨੂੰ ਹੋਲਡ ਕਰ ਲੈਣਾ ਔਰ ਆਉਂਦੇ ਸਮੇਂ 'ਚ 2-3 ਸਾਲ ਬਾਅਦ ਤੋਂ ਬਾਅਦ ਹੋਣਾ ਜਦ ਤੱਕ ਮੌਰਗੇਜ ਲਈ ਤੁਸੀਂ ਪੂਰੀ ਤਿਆਰੀ ਕਰ ਸਕਦੇ ਹੋ ਡਾਊਨ ਪੇਮੈਂਟ ਇਕੱਠੀ ਕਰ ਸਕਦੇ ਹੋ ਆਪਣੀ ਜੋਬ ਜ਼ਿਆਦਾ ਕਰ ਸਕਦੇ ਹੋ ਜ਼ਿਆਦਾ ਘੰਟੇ ਕੰਮ ਕਰ ਸਕਦੇ ਹੋ ਬੈਟਰ ਜੋਬ ਲੱਭ ਸਕਦੇ ਹੋ ਕਿਉਂਕਿ 2-3 ਸਾਲ ਦਾ ਟਾਈਮ ਹੈ ਨਾਲ ਆਪਣੇ ਇੱਕ ਪਾਰਟਨਰ ਪਾ ਸਕਦੇ ਹੋ ਜੇ ਸਿੰਗਲ ਹੋ ਤਾਂ ਵਿਆਹ ਕਰਵਾ ਸਕਦੇ ਹੋ ਤੁਹਾਡਾ ਸਪਾਊਸ ਤੁਹਾਡੇ ਨਾਲ ਜੁੜ ਜਾਏਗਾ ਪੇਰੈਂਟਸ ਹੋ ਸਕਦਾ ਤੁਹਾਡੇ ਆ ਜਾਣ ਸੋ ਹਮੇਸ਼ਾ ਪ੍ਰੀ ਸੇਲ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਇਹ ਗੁੱਡ ਇਨਵੈਸਟਮੈਂਟ ਗਿਣੀਆਂ ਜਾਂਦੀਆਂ ਨੇ ਤੁਸੀਂ ਹੁਣ ਸੈਲਰ ਦੇ ਨਾਲ ਗੱਲ ਕਰਕੇ ਨੈਗੋਸ਼ੀਏਟ ਕਰਕੇ ਗੁੱਡ ਪ੍ਰਾਈਸ ਵੀ ਲੈ ਸਕਦੇ ਹੋ ਸੋ ਡੈਫੀਨੇਟਲੀ ਪ੍ਰੀ ਸੇਲ ਦੀਆਂ ਪ੍ਰੋਪਰਟੀਆਂ ਲੈਣ ਲਈ ਵੀ ਇੱਕ ਬਹੁਤ ਅੱਛਾ ਮੌਕਾ ਆ ਅਗੇਨ ਬਾਇਰਸ ਮਾਰਕੀਟ ਹੈ ਘਬਰਾਉਣ ਦੀ ਲੋੜ ਨਹੀਂ ਦੇਖ ਕੇ ਆਲਾ ਦੁਆਲਾ ਥੋੜ੍ਹੀ ਜਿਹੀ ਸੋਚ ਵਿਚਾਰ ਕਰਕੇ ਰੀਅਲਟਰ ਦੇ ਨਾਲ ਗੱਲ ਕਰਕੇ ਮੌਰਗੇਜ ਐਡਵਾਈਜ਼ਰ ਦੇ ਨਾਲ ਸਲਾਹ ਕਰਕੇ ਪ੍ਰੋਪਰਟੀਆਂ ਜ਼ਰੂਰ ਲਓ ਬਿਲਕੁਲ ਨਹੀਂ ਘਬਰਾਉਣ ਦੀ ਲੋੜ ਸਾਰੇ ਜਿਹੜੇ ਇਨਵੈਸਟਰਸ ਨੇ ਉਹਨਾਂ ਦੀ ਇਨਵੈਸਟਮੈਂਟ ਦਾ ਹੀ ਮੌਕਾ ਹੈ ਜੀ ਬਿਲਕੁਲ ਕਿਉਂਕਿ ਹੁਣ ਤਾਂ ਸੌਖਾ ਹੋ ਗਿਆ ਘਰ ਦੇਖਣ ਤੋਂ ਪਹਿਲਾਂ ਤੁਸੀਂ ਇਹ ਦੇਖੋ ਕਿ ਮੌਰਗੇਜ ਤੁਸੀਂ ਕਿੰਨਾ ਕੁ ਐਲੀਜੀਬਲ ਹੈਗੇ ਆ ਜਿੰਨੀ ਐਲੀਜੀਬਿਲਟੀ ਹੈਗੀ ਆ ਉਸ ਦੇ ਹਿਸਾਬ ਦੇ ਨਾਲ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਦੇਖ ਸਕਦੇ ਆ ਕਿ ਕਿੱਥੇ ਰਹਿਣਾ ਘਰ 'ਚ ਰਹਿਣਾ ਤੁਸੀਂ ਟਾਊਨ ਹਾਊਸ ਦੇ ਲੈ ਸਕਦੇ ਆ ਤੁਸੀਂ ਅਪਾਰਟਮੈਂਟ ਲੈ ਸਕਦੇ ਆ ਸੋ ਉਹ ਸਾਰੀਆਂ ਚੀਜ਼ਾਂ ਦੇਖ ਕੇ ਅਤੇ ਫਿਰ ਹੀ ਘਰ ਲਿਆ ਜਾਵੇ ਸੋ ਬਾਇਰਸ ਮਾਰਕੀਟ ਹੈ ਜੇ ਘਰ ਲੈਣਾ ਚਾਹੁੰਦੇ ਆ ਤਾਂ ਜ਼ਰੂਰ ਕਰ ਲਿਆ ਜਾਵੇ ਕੀ ਮੈਸੇਜ ਹੋਊਗਾ ਜੀ ਐਂਡ ਦੇ ਵਿੱਚ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਦੇਖੋ ਮੈਸੇਜ ਉਹ ਹੀ ਹੈ ਜੋ ਸ਼ੁਰੂ 'ਚ ਦਿੱਤਾ ਸੀਗਾ ਆਪਦੀ ਅਫੋਰਡੇਬਿਲਟੀ ਚੈੱਕ ਕਰੋ ਆਪਣੀ ਇਨਕਮ ਔਰ ਆਪਣੀ ਸੇਵਿੰਗਸ ਦੇ ਆਧਾਰ ਦੇ ਉੱਤੇ ਮੌਰਗੇਜ ਐਡਵਾਈਜ਼ਰ ਨਾਲ ਗੱਲ ਕਰਕੇ ਪ੍ਰੀ ਕੁਆਲੀਫਾਈ ਹੋ ਕੇ ਪ੍ਰੋਪਰਟੀ ਲਓ ਔਰ ਪ੍ਰੋਪਰਟੀ ਦੇ ਵਿੱਚ ਕਰੋ ਜਿੰਨੀ ਵੀ ਦੇਰ ਤੁਸੀਂ ਰੈਂਟ 'ਤੇ ਰਹਿ ਰਹੇ ਹੋ ਰੈਂਟ ਜਿਹੜਾ ਤੁਹਾਡਾ ਡਾਊਨ ਦਾ ਡਰੇਨ ਜਾ ਰਿਹਾ ਉਹਦਾ ਕੋਈ ਵੀ ਫਾਇਦਾ ਨਹੀਂ ਹੈਗਾ ਜਿੰਨੇ ਮਹੀਨੇ ਜ਼ਿਆਦਾ ਰੈਂਟ 'ਤੇ ਰਹੋਗੇ ਉਹ ਤੁਹਾਡਾ ਨੁਕਸਾਨ ਹੀ ਹੈ ਪੈਸਿਆਂ ਦਾ ਛੋਟੀ ਤੋਂ ਛੋਟੀ ਪ੍ਰੋਪਰਟੀ ਵੀ ਤੁਹਾਨੂੰ ਪ੍ਰੋਫਿਟ ਦੇ ਕੇ ਜਾਏਗੀ ਉਹਦੇ ਵਿੱਚ ਐਂਟਰ ਕਰੋ ਪ੍ਰੋਪਰਟੀ ਦੇ ਵਿੱਚ ਜਾਓ ਔਰ ਮੌਰਗੇਜ ਤਾਂ ਅੱਜ ਕੱਲ੍ਹ ਆਸਾਨ ਹੋ ਗਈ ਹੈ ਪਹਿਲੇ ਨਾਲੋਂ ਜੇ ਤੁਹਾਡੀ ਇਨਕਮ ਵਧੀਆ ਆ ਕਿਉਂਕਿ ਬੈਂਕਾਂ 'ਚ ਰਸ਼ ਘੱਟ ਹੈ ਮੌਰਗੇਜ ਅਪਰੂਵ ਹੋ ਜਾਂਦੀ ਹੈ ਪ੍ਰੀ ਅਪਰੂਵਲ ਅਸੀਂ ਦੇ ਰਹੇ ਹਾਂ ਕੈਲਕੂਲੇਸ਼ਨ ਕਰਕੇ ਦੱਸ ਰਹੇ ਹਾਂ ਸੋ ਆ ਕੇ ਸਲਾਹ ਕਰੋ ਪ੍ਰੋਪਰਟੀਜ਼ ਦੇਖੋ ਆਪਣੇ ਆਲੇ ਦੁਆਲੇ ਹੁਣ ਆਸਾਨੀ ਨਾਲ ਤੁਸੀਂ ਪ੍ਰੋਪਰਟੀਜ਼ ਨੂੰ ਦੇਖ ਸਕਦੇ ਹੋ ਇੱਕ ਵਾਰ ਦੋ ਵਾਰ ਆਪਣੇ ਮਨਪਸੰਦ ਦੀ ਪ੍ਰੋਪਰਟੀ ਲੈ ਸਕਦੇ ਹੋ ਸੋ ਮੌਰਗੇਜ ਲੈਣ ਲਈ ਮੈਨੂੰ ਯਾਦ ਕਰੋ ਔਰ ਇਹ ਗੁੱਡ ਚਾਂਸ ਹੈ ਗੁੱਡ ਮੌਕਾ ਹੈ ਪ੍ਰੋਪਰਟੀ ਇਨਵੈਸਟ ਕਰਨ ਦਾ ਜ਼ਰੂਰ ਪ੍ਰੋਪਰਟੀ ਜੀ ਬਿਲਕੁਲ ਸ਼ਰਮਾ ਜੀ ਹੁਣ ਜਦੋਂ ਵੀ ਕੋਈ ਅਪਡੇਟ ਹੋਈ ਜਾਂ ਅਸੀਂ ਕੋਸ਼ਿਸ਼ ਕਰਾਂਗੇ ਨੈਕਸਟ ਟਾਈਮ ਕਿ ਸਾਡੇ ਵਿਊਅਰਸ ਆ ਜਿਹੜੇ ਉਹ ਸਾਨੂੰ ਸਵਾਲ ਭੇਜਦੇ ਰਹਿੰਦੇ ਆ ਉਹ ਕਰਾਂਗੇ ਸਵਾਲ ਦਾ ਬੜਾ ਕੰਮ ਸੋ ਸਵਾਲ ਲਏ ਜਾਣ ਉਹਨਾਂ ਦੇ ਆਨਸਰ ਦਿੱਤੇ ਜਾਣ ਤਾਂ ਕਿ ਉਹ ਵੀ ਥੋੜਾ ਬਹੁਤ ਰਿਲੈਕਸ ਫੀਲ ਕਰਨ ਕਿ ਜਿਹੜਾ ਬਰਡਨ ਪਿਆ ਨਾ ਅਸੀਂ ਘਰ ਲੈਣਾ ਕਿ ਨਹੀਂ ਲੈਣਾ ਕਿਉਂਕਿ ਘਰ ਤਾਂ ਹਰ ਇੱਕ ਨੇ ਲੈਣਾ ਹੈ ਸਭ ਨੇ ਲੈਣਾ ਪਰ ਉਹ ਜੇ ਈਜ਼ੀ ਵੇ
सो टाइम्स मॉर्गेज तो मिस्टर विनय शर्मा जी पहुंचे हुए थे, जिन्होंने बहुत सारी इनफॉर्मेशन दी है। कोई भी सवाल है मॉर्गेज के रिलेटेड तो इन्हों फोन किया जा सकता है, कॉल की जा सकती है। असी तो इनफॉर्मेशन इस तरह लैके आते रहेंगे, देखते रहो सांझा टीवी।